जिला तरन तारण के कस्बा हरीके दे मंड खेतर विच पैंदे पिंड राम सिंह वाला दे नज़दीक तो सतलुज दरिया दे पानी दी मार फेर वड्डे बन नूं आण लगी है, जिस कारण बन दे थल्लो मिट्टी खिसकती जा रही है, जिसनों लैके पिंडा विच दहशत दा माहौल बनिया होया है। इस संबंधी जानकारी देंदे हुए पिंड वासी गुरलाल सिंह, गुरदेव सिंह अते बलकार सिंह ने दस्सिया है कि बीते कुछ दिन पहला यही तुस्सी बन पिंड कुत्ते वाला मरण तो टुट गया से, जिस कारण किसानों की हजारा एकड़ फसल के नाल नाल लोगों दियां जमीना भी खराब हो गई सन, जिसनों बाद विच कार सेवा संत बाबा सुखा सिंह सरहाली वालियां वालों सेवा लगा के पूर दिता गया सी। पर हुण इस बन सतलुज दरिया के पानी की टाह लगनी शुरू हो गई है, जिस कारण किसी वेले भी यह बन टुट सकता है, पर प्रशासन इस वल कोई ध्यान नहीं दे रहा, जिस करके इस बन दे नाल लगदे 10 तो 15 पिंड सहम दे माहौल विच अपनी जिंदगी बतीत कर रहे हैं। पिंड वासियों ने पंजाब सरकार अते समाज सेवियों को मांग की है कि इस बन वल भी ध्यान दिता जावे अते इस उपर मिट्टी पवाई जावे, जिस कारण इस बन नूं नुकसान होण तो बचाया जा सके। ਕਿਹਨਾਂ ਵਿਰਜੀ ਆਪਣਾ ਗੁਰਲਾਲ ਸਿੰਘ ਕਿਹੜਾ ਪਿੰਡ ਪਿੰਡ ਰਾਮ ਸਿੰਘ ਵਾਲਾ ਬੈਕਾ ਹੈ ਵੀਰ ਜੀ ਦਰਿਆ ਜਿਹੜੇ ਅਸੀਂ ਕੰਢਾ ਵਿਖਾਉਂਦੇ ਹਾਂ ਵੀ ਇਹ ਜਿਹੜਾ ਬੰਨ ਆ ਸਾਡਾ ਨਿੱਜੀ ਬੰਨ ਹੀ ਬੰਨਿਆ ਹੋਇਆ ਸੀ ਇਹ ਇਸ ਪਾਣੀ ਨਾਲ ਟੁੱਟ ਗਿਆ ਵਾ ਅਤੇ ਹੁਣ ਇਹ ਸਾਡੇ ਢਾਹ ਲੱਗ ਗਈ ਆ ਬੰਨ ਨੂੰ ਅਤੇ ਇੱਥੋਂ 1.5 ਕਿੱਲਾ ਸਾਰਾ ਵੱਡਾ ਬੰਨ ਰਹਿ ਗਿਆ ਵਾ ਅਤੇ ਇਹ ਸਾਡੀਆਂ ਪੈਲੀਆਂ ਜਿਹੜੀਆਂ 15-15 ਫੁੱਟ ਜਿਹੜੀਆਂ ਇਹ ਡੂੰਘੀ ਪੁੱਟ ਕੇ ਇੱਥੇ ਲੈ ਕੇ ਆਉਂਦਿਆ ਵਾ ਇਹ ਜਿਹੜਾ ਦਰਿਆ ਸਿੱਧਾ ਮਾਰ ਕਰਨ ਦਿਆ ਬੰਨ ਨੂੰ ਬਿਲਕੁਲ ਜੀ ਬਿਲਕੁਲ ਢਾਹ ਲੱਗੀ ਹੋਈ ਹੈ ਹਾਂਜੀ ਬਿਲਕੁਲ ਜ਼ਿਆਦਾ ਢਾਹ ਲੱਗੀ ਹੋਈ ਹੈ ਜੀ ਮਾੜੀ ਮੋਟੀ ਢਾਹ ਨਹੀਂ ਲੱਗੀ ਹੋਈ ਬੰਨ ਨੂੰ ਤੁਸੀਂ ਪ੍ਰਸ਼ਾਸਨ ਨੂੰ ਨਹੀਂ ਜਾਣੂ ਕਰਵਾਇਆ ਤੋਂ ਅਸੀਂ ਜੀ ਪ੍ਰਸ਼ਾਸਨ ਨੂੰ ਬਥੇਰਿਆਂ ਬੰਦਿਆਂ ਨੂੰ ਆਖਿਆ ਵਾ ਅਸੀਂ ਹੁਣ ਤਾਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਵੀ ਜਿਹੜਾ ਇਹ ਸਾਡਾ ਨਿੱਜੀ ਬੰਨ ਆ ਇਹ ਕਾਮਯਾਬ ਕਰਕੇ ਇੱਥੇ ਪੱਥਰਾਂ ਦੀ ਕੰਧ ਨਿਕਲੇ ਪੱਕਾ ਲੈਦਾ ਇਹੋ ਹੀ ਆ ਜੀ ਪੱਥਰਾਂ ਦੀ ਕੰਧ ਨਿਕਲੇ ਜੇ ਪੱਥਰਾਂ ਦੀ ਕੰਧ ਨਹੀਂ ਨਿਕਲਦੀ ਤਾਂ ਸਾਡਾ ਕੋਈ ਹੱਲ ਨਹੀਂ ਹੁੰਦਾ ਇਹ ਕਿੰਨੇ ਦਿਨਾਂ 'ਚ ਇੱਥੋਂ ਤੱਕ ਪਹੁੰਚ ਗਿਆ ਇਹ ਜੀ 5-7 ਦਿਨਾਂ ਦੇ ਵਿੱਚ ਇੱਥੇ ਪਹੁੰਚ ਗਿਆ ਇੱਕ ਉਹ ਵਿੱਚ ਜਿਹੜੀਆਂ ਦਿਖਣ ਦੀਆਂ ਜ਼ਮੀਨਾਂ ਲੋਕਾਂ ਦੀਆਂ ਕਿ ਦਰਿਆ ਹੀ ਆ ਜੀ ਸਾਡੀਆਂ ਆਪਦੀਆਂ ਜ਼ਮੀਨਾਂ ਜੀ ਉਹ ਦਰਿਆ ਨਹੀਂ ਅੱਛਾ ਇਹ ਮੋਟਰਾਂ ਲੱਗੀਆਂ ਹੋਈਆਂ ਹਾਂਜੀ ਹਾਂਜੀ ਮੋਟਰਾਂ ਲੱਗੀਆਂ ਹੋਈਆਂ ਜੀ ਬੋਰ ਵੀ ਸਾਰੇ ਸਾਡੇ ਖਤਮ ਹੋ ਗਏ ਆ ਪੈਲੀਆਂ ਤਬਾਹ ਹੋਈਆਂ ਵਾ ਕੁਛ ਨਹੀਂ ਬੱਲੇ ਰਿਹਾ ਜੀ ਕਿਹਨਾਂ ਵਿਰ ਜੀ ਆਪਣਾ ਆਪਣਾ ਗੁਰਦੇਵ ਸਿੰਘ ਜੀ ਕੀ ਮਸਲਾ ਜਿਹੜਾ ਬੰਨ ਵਿਖਾਉਂਦੇ ਮਸਲਾ ਇਹ ਹੈ ਜੀ ਇੱਥੋਂ ਜਿਹੜਾ ਪਾਣੀ ਹੁਣ ਆਇਆ ਹਾੜ ਜ਼ਿਆਦੇ ਆਏ ਆ ਜੀ ਇੱਥੋਂ ਪਹਿਲਾਂ ਇਹ ਦਰਿਆ ਇੱਥੋਂ 15-20 ਕਿੱਲੇ ਦੂਰ ਸੀ ਅਤੇ ਇਹ ਹੁਣ ਇਹਨੇ ਢਾਹ ਲਾ ਕੇ ਜਿਹੜੀਆਂ ਝੋਨੇ ਵਾਲੀਆਂ ਪੈਲੀਆਂ ਸੀ ਇੱਥੇ ਮੋਟਰਾਂ ਲੱਗੀਆਂ ਕੋਠੀਆਂ ਵਿੱਚ ਬਣਾਈਆਂ ਸੀ ਉਹ ਸਾਰੀਆਂ ਢਾਹ ਕੇ 15-15 ਫੁੱਟ ਦੀ ਡੰਘਾਈ ਕਰਕੇ ਆਹ ਜਿਹੜਾ ਇੱਕ ਨਿੱਜੀ ਬੰਨ ਇੱਥੇ ਲਾਇਆ ਵਾ ਲੋਕਾਂ ਨੇ ਆਪਦੀ ਆਹ ਪੈਲੀ ਬਚਾਉਣ ਵਾਸਤੇ ਅਤੇ ਉਹਨੂੰ ਆਉਣ ਲੱਗਿਆ ਉਹਨੂੰ ਵੀ ਢਾਹ ਇਹਨੇ ਸ਼ੁਰੂ ਕਰਤੀ ਹੈ ਅਤੇ ਜੇ ਮੰਨ ਲਓ ਇਹਨੂੰ ਹੁਣ ਦਿਨ ਰਹਿੰਦਿਆਂ ਨਾ ਰੋਕਿਆ ਗਿਆ ਇੱਥੇ ਸਰਕਾਰ ਜਿਹੜੀ ਇਹ ਸਾਰ ਲਵੇ ਇੱਥੇ ਆ ਕੇ ਨਹੀਂ ਤਾਂ ਘੁੰਮਾਂ ਨੂੰ ਇਹਨੇ ਆਹ 1.5 ਕਿੱਲਾ ਸਾਰਾ ਗਾੜੀ ਵੱਡਾ ਬੰਨਿਆ ਇੱਥੋਂ 88 ਵਾਲਾ ਅੱਗੇ ਵੀ ਟੁੱਟਾ ਸੀ ਬੰਨ ਅਤੇ ਉਦੋਂ ਵੀ 30 ਸਾਲ ਲੋਕ ਉੱਥੇ ਰੇਤ ਕੱਢਦੇ ਮਰ ਗਏ ਉਹਨਾਂ ਉੱਠਿਆ ਨਹੀਂ ਗਿਆ ਅਤੇ ਜੇ ਮੰਨ ਲਓ ਇੱਥੇ ਇਹਨੂੰ ਨਾ ਵੇਖਿਆ ਗਿਆ ਆ ਕੇ ਸਰਕਾਰ ਨੇ ਨਾ ਸਾਰ ਲਈ ਅਤੇ 5-7 ਦਿਨਾਂ ਦੀ ਖੇਡ ਆ ਇਹਨੇ ਅਗਲੇ ਵੱਡੇ ਬੰਨ ਨੂੰ ਖਤਰਾ ਅਤੇ ਅੱਗੇ ਕਮ ਸੇ ਕਮ 15-20 ਪਿੰਡ ਆ ਜਿਹੜੇ ਇਹਦੀ ਮਾਰ ਥੱਲੇ ਆਉਣਗੇ ਜੀ ਪ੍ਰਸ਼ਾਸਨ ਨੇ ਨਹੀਂ ਇੱਥੇ ਸਾਰ ਲਈ ਆਣ ਕੇ ਜੀ ਪ੍ਰਸ਼ਾਸਨ ਨੂੰ ਅਸੀਂ ਤਾਂ ਜੀ ਬਥੇਰੇ ਇਤਨਾ ਮੋਹਤਬਾਰਾਂ ਸੱਜਣਾਂ ਨੂੰ ਆਖੀਦਾ ਆ ਪ੍ਰਸ਼ਾਸਨ ਅਜੇ ਤੱਕ ਤਾਂ ਨਹੀਂ ਆਇਆ ਜੀ ਇਹਨੂੰ ਵੇਖਣ ਅਤੇ ਇਹ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਇਹ ਆਉਂਦਾ ਤਾਂ ਸਰਕਾਰ ਦੇ ਅੰਡਰ ਹੀ ਆ ਸਰਕਾਰਾਂ ਹੀ ਇਹਨੂੰ ਕਰ ਸਕਦੀਆਂ ਜੀ ਹੋਰ ਕੋਈ ਬੰਦਾ ਤਾਂ ਇਹਨੂੰ ਕਰ ਨਹੀਂ ਸਕਦਾ ਅਤੇ ਇੱਥੇ ਇਹਨੂੰ ਮਰੜੇ ਲੱਗਣ ਇੱਥੇ ਕੰਧ ਲੱਗੇ ਪੱਥਰ ਦੀ ਅਤੇ ਫਿਰ ਇਹਦਾ ਹੱਲ ਆ ਜੀ ਹੋਰ ਇਹਦਾ ਕੋਈ ਹੱਲ ਨਹੀਂ ਅਸੀਂ ਤਾਂ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਵੀ ਜਦੋਂ ਸਰਕਾਰ ਉਦੋਂ ਆਊਗੀ ਜਦੋਂ ਸਾਰਾ ਕੁਝ ਤਬਾਹ ਹੋ ਗਿਆ ਅਤੇ ਮੁੜ ਕੇ ਜਿਹਦੇ ਲੋਕ ਤਾਂ ਅੱਗੇ ਨਹੀਂ ਆ ਫਸਲਾਂ ਮਰ ਗਈਆਂ ਅੱਗੇ ਨਹੀਂ ਉੱਠ ਸਕਦੇ ਅਤੇ ਜੇ ਇਹਨੂੰ ਮਾਰ ਵੱਜ ਗਈ ਬੰਨ ਨੂੰ ਇਦੋਂ ਅਗਲੇ 15-20 ਪਿੰਡ ਜਿਹੜੇ ਢਾਇਆਂ ਤੱਕ ਅਤੇ ਇਹ ਸਾਰਾ ਨੁਕਸਾਨ ਆ ਜੀ ਇਹ ਹੁਣ ਤਾਂ ਜੇ ਮੰਨ ਲਓ ਮਾੜਾ ਜਿਹਾ ਪਾਣੀ ਚੜਿਆ ਤਾਂ ਸਿੱਧਾ ਬੰਨ ਨੂੰ ਟੱਕਰ ਅੱਗੇ ਤਾਂ 15-20 ਕਿੱਲੇ ਪਾਣੀ ਮੰਨ ਲਓ ਟੱਪ ਕੇ ਇੱਧਰ ਆਉਂਦਾ ਸੀ ਹੁਣ ਤਾਂ ਆ ਤੁਸੀਂ ਵੇਖ ਲਓ ਸਿੱਧੀ ਢਾਹ ਰੋਜ਼ ਦੀ 1.5 ਕਿੱਲਾ ਜ਼ਮੀਨ ਸੁੱਟ ਦਿੰਦਾ ਅਤੇ 15-15 20-20 ਫੁੱਟ ਡੰਘਾਈ ਕਰੀ ਆਉਂਦਾ ਜੀ ਕਿੰਨੀ ਜ਼ਮੀਨ ਜਿਹੜੀ ਬਰਬਾਦ ਹੋ ਚੁੱਕੀ ਹੈ ਉਹਨਾਂ ਦਾ ਇਹ ਤਾਂ ਹਿਸਾਬ ਨਾਲ ਜੀ ਮੇਰੇ ਹਿਸਾਬ ਨਾਲ 50-60 ਕਿੱਲੇ ਤਾਂ ਸਾਡੇ ਵੇਂਹਦਿਆਂ ਹੀ 10-15 ਦਿਨਾਂ ਦੇ ਵਿੱਚ ਇੰਨੇ ਆ ਸੁੱਟਤੀ ਹੈ ਜੀ ਭਾਈ ਤੁਹਾਡਾ ਬਲਕਾਰ ਸਿੰਘ ਕੀ ਮਸਲਾ ਜਿਹੜਾ ਇਕੱਠੇ ਹੋਏ ਜੀ ਹੁਣ ਸਾਰੇ ਆ ਬੰਨ ਦੇ ਲੱਗੇ ਜੀ ਮਸਲਾ ਸਾਡਾ ਜੀ ਇਹੋ ਹੀ ਆ ਵੀ ਦਰਿਆ ਦੀ ਮਾਰ ਜਿਹੜੀ ਹੈ ਜ਼ਿਆਦਾ ਪੈਣ ਡਈ ਸਾਨੂੰ ਅੱਗੇ ਕਾਫੀ ਰਕਬਾ ਸਾਡਾ ਜਿਹੜਾ ਇਹ ਰੁੜ ਚੁੱਕਾ ਹੈ ਦਰਿਆ 'ਚ ਰੁੜ ਗਿਆ ਦਰਿਆ 'ਚ ਰੁੜ ਗਿਆ ਹੈ ਹੁਣ ਅਸੀਂ ਆ ਜਿਹੜਾ ਪੱਕੀ ਸੜਕ ਵਾਲਾ ਬੰਨ ਆ ਇਹ ਤੋਂ ਸਾਰੇ 2 ਕਿੱਲੇ ਦੂਰ ਇਹ ਬੰਨ ਰਹਿ ਗਿਆ ਇਹ ਥੱਲਿਓਂ ਢਾਹ ਲਾਈ ਜਾਂਦਾ ਹੈ ਜ਼ਮੀਨ ਢਾਈ ਜਾਂਦਾ ਹੈ ਅੱਗੇ ਸਾਡੇ ਬਹੁਤ ਜ਼ਿਆਦਾ ਘਰ ਜਿਹੜੇ ਉਹਨਾਂ ਦਾ ਨੁਕਸਾਨ ਜ਼ਿਆਦਾ ਹੋ ਗਿਆ ਹੈ ਬਹੁਤ ਜ਼ਿਆਦਾ ਉਹਨਾਂ ਦੀ ਜ਼ਮੀਨ ਡਿੱਗ ਪਈ ਆ ਮੋਟਰਾਂ ਡਿੱਗ ਪਈਆਂ ਟਾਰਫਾਂ ਨੂੰ ਡਿੱਗ ਪਏ ਨੇ ਕੋਈ ਹੱਲ ਨਹੀਂ ਜੇਕਰ ਸਰਕਾਰ ਸਾਨੂੰ ਇਹ ਬਚਾਉਣਾ ਚਾਹੁੰਦੀ ਆ ਤਾਂ ਕੁਝ ਦਿਨਾਂ ਤੱਕ ਇਹ ਬੰਨ ਲਾਣ ਕੇ ਪਤਾ ਲੈਣ ਇਹ ਜਨਤਾ ਦਾ ਪਤਾ ਲੈਣ ਇਹ ਜਾਣੀ ਕਾਫੀ ਪਿੰਡ ਨੇ ਜਿਹੜੇ ਅਗਲੇ ਬੰਨੇ ਮਾਰ ਥੱਲੇ ਆਉਣ ਰਹੇ ਆ ਵੱਡੇ ਬੰਨ 'ਤੇ ਛੜਕਿਆ ਉਹ ਤੋਂ ਸਿਰਫ 2 ਕਿੱਲੇ ਦੂਰ ਆ ਇਹ ਬੰਨ
ਤੇ ਜਿੱਦਣ ਇਹ ਇੱਥੋਂ ਟੱਪਿਆ ਉਦੋਂ ਉਹਨੇ ਉੱਥੇ ਜਾਣਾ ਅਤੇ 10 ਪਿੰਡ ਜਿਹੜੇ ਬਰਬਾਦ ਹੋ ਜਾਣਗੇ। ਇੱਥੇ ਅੱਗੇ ਵੀ ਬੰਨ ਟੁੱਟਾ ਨਾ, ਇੱਥੋਂ ਲਾਗੂ ਕਦੋਂ ਤੁਹਾਡੇ? ਹਾਂ, ਅੱਗੇ 88 ਵਾਲਾ ਟੁੱਟਾ ਹੈ, ਉਹ ਕੱਢਦਿਆਂ ਕੱਢਦਿਆਂ ਸਾਨੂੰ ਬੱਗੇ ਆ ਗਏ ਆ। ਬੱਚੇ ਸਾਡੇ ਕਿਤੇ ਜਾ ਨਹੀਂ ਸਕਦੇ, ਨਾ ਕੋਈ ਸਾਡੀ ਸਰਕਾਰ ਸੁਣਦੀ ਆ, ਨਾ ਕੋਈ ਸਾਨੂੰ ਕੁਛ ਮਿਲਦਾ, ਨਾ ਕੋਈ ਸਹੀ ਕੋਈ ਸਾਡਾ ਹੱਲ ਨਹੀਂ ਹੁੰਦਾ। ਅਸੀਂ ਵੀ ਬੁੱਢੇ ਹੋ ਗਏ ਇੱਥੇ ਜ਼ਮੀਨ ਦੇ ਵਿੱਚ, 88 ਨੇ ਸਾਨੂੰ ਰੇਤ ਪਾਈ, ਉਹ ਅਸੀਂ ਕੱਢਦੇ ਕੱਢਦੇ ਅੱਜ ਤੱਕ ਹਾਂ। ਅੱਜ ਫਿਰ ਅਸੀਂ ਉਸੇ ਤੌਰ 'ਤੇ ਆ ਗਏ ਹਾਂ, ਉਨੇ ਹੀ ਫਿਰ ਔਖੇ ਹੋ ਜਾਵਾਂਗੇ। ਪਰ ਜੇ ਜ਼ਮੀਨ ਸਾਡੀ ਢਹਿਗੀ ਤਾਂ ਅਸੀਂ ਤਾਂ ਬਰਬਾਦ ਹੀ ਬਰਬਾਦ ਹਾਂ। ਤਰਨ ਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ, ਸਿਟੀ ਹੋਮ ਨਿਊਜ਼।